ਜਦ ਬੇਸਣ ਦੀ ਬਰਫੀ ਬਣਾਉਣ ਲੱਗੇ ਹਾਂ ਜੀ ਇਸ ਤਰੀਕੇ ਨਾਲ ਬਣਾਵਾਂਗੇ ਅਤੇ ਪਹਿਲਾਂ ਆਪਾਂ ਹੁਣ ਘਿਓ ਪਾ ਲਿਆ ਕੜਾਹੀ ਦੇ ਵਿੱਚ ਅਤੇ ਘਿਓ ਆਪਣਾ ਹੁਣ ਗਰਮ ਹੋ ਚੁੱਕਿਆ ਵਿੱਚ ਆਪਾਂ ਪਾ ਲੈਂਦੇ ਜੀ ਬੇਸਣ ਅਤੇ ਬੇਸਣ ਵਿੱਚ ਪਾ ਕੇ ਅਤੇ ਆਪਾਂ ਇਹਨੂੰ ਵੀ ਚੰਗੀ ਤਰ੍ਹਾਂ ਹੁਣ ਵਿੱਚ ਮਿਕਸ ਕਰਕੇ ਅਤੇ ਭੁੰਨਦੇ ਹਾਂ ਥੋੜ੍ਹਾ ਜਿਹਾ ਸਿਮ ਅੱਗ ਦੇ ਉੱਤੇ ਕਰਕੇ ਮੱਠੀ ਮੱਠੀ ਅੱਗ ਦੇ ਉੱਤੇ ਭੁੰਨਾਂਗੇ ਉਹਨੂੰ ਆਪਾਂ ਅਤੇ ਆਪਣਾ ਹੁਣ ਬੇਸਣ ਭੁੱਜਦਾ ਅਤੇ ਇੰਨੇ ਆਪਾਂ ਹੁਣ ਇੱਧਰ ਗੈਸ ਦੇ ਉੱਤੇ ਰੱਖ ਲਿਆ ਜੀ ਟੋਬੀਆ ਅਤੇ ਟੋਬੀਏ ਦੇ ਵਿੱਚ ਆਪਾਂ ਇੰਨੀ ਪਾ ਕੇ ਅਤੇ ਇਹਨੂੰ ਆਪਾਂ ਹੁਣ ਚਾਸ਼ਨੀ ਬਣਾਉਂਦੇ ਹਾਂ ਜੀ ਚਾਸ਼ਨੀ ਆਪਣੀ ਉੱਬਣ ਲੱਗ ਗਈ ਉੱਬਣ ਚੁੱਕੀ ਹੈ ਬਣ ਚੁੱਕੀ ਹੈ ਅਤੇ ਹੁਣ ਆਪਣਾ ਬੇਸਣ ਵੀ ਭੁੱਜ ਚੁੱਕਿਆ ਅਤੇ ਆਪਾਂ ਹੁਣ ਇਹਦੇ ਵਿੱਚ ਪਾ ਦਿੰਦੇ ਹਾਂ ਚਾਸ਼ਨੀ ਅਤੇ ਆਪਾਂ ਹੁਣ ਵਿੱਚ ਵਿੱਚ ਪਾ ਕੇ ਇਹਦੇ ਚੰਗੀ ਤਰ੍ਹਾਂ ਅਤੇ ਆਪਾਂ ਮਿਕਸ ਕਰ ਲੈਂਦੇ ਹਾਂ ਸਿਮ ਅੱਗ ਦੇ ਉੱਤੇ ਹੀ ਰੱਖਾਂਗੇ ਇਹਨੂੰ ਆਪਾਂ ਬਾਹਲਾ ਅੱਗ ਨਹੀਂ ਹਾਈ ਕਰਦੇ ਅਤੇ ਆਪਾਂ ਹੁਣ ਸਿਮ ਦੇ ਅੱਗ ਦੇ ਉੱਤੇ ਰੱਖ ਕੇ ਅਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਹੁਣ ਇਹਨੂੰ ਗੰਢਾਂ ਜਿਹੀਆਂ ਮਾਰ ਲੈਂਦੇ ਸਾਰੀਆਂ ਅਤੇ ਆਪਣਾ ਹੁਣ ਇਹ ਵਧੀਆ ਸੈੱਟ ਹੋ ਚੁੱਕਿਆ ਹੁਣ ਆਪਾਂ ਇਹਨੂੰ ਇੱਕ ਥਾਲ ਦੇ ਵਿੱਚ ਘਿਓ ਲਾ ਕੇ ਅਤੇ ਆਪਾਂ ਉਹਦੇ ਵਿੱਚ ਪਾ ਦਿੰਦੇ ਹਾਂ ਅਤੇ ਉੱਪਰ ਆਪਾਂ ਸੈੱਟ ਕਰ ਲੈਂਦੇ ਅਤੇ ਉੱਪਰ ਆਪਾਂ ਡਰਾਈ ਫਰੂਟ ਪਾ ਕੇ ਅਤੇ ਇਹਨੂੰ ਇੱਕ ਘੰਟੇ ਵਾਸਤੇ ਰੱਖ ਦਿੰਦੇ ਹਾਂ ਸੈੱਟ ਹੋਣ ਵਾਸਤੇ ਹੁਣ ਆਪਣਾ ਇਹ ਸੈੱਟ ਹੋ ਚੁੱਕਿਆ ਅਤੇ ਹੁਣ ਆਪਾਂ ਇਹਦੇ ਕੱਟਦੇ ਹਾਂ ਜੀ ਪੀਸ ਹੁਣ ਆਪਣੇ ਪੀਸ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਏ ਹੈ ਅਤੇ ਕੋਈ ਕਲਰ ਨਹੀਂ ਪਾਇਆ ਆਪਾਂ ਅਤੇ ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋਈ ਤੁਹਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਵੀ ਦੱਸਿਓ ਬਹੁਤ ਸੈਟ